ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਜਿਹੜੇ ਲੋਕ ਘੱਟ ਵਜ਼ਨ ਦੇ ਕਾਰਨ ਪਰੇਸ਼ਾਨ ਹਨ, ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਉਹਨਾਂ ਵਾਸਤੇ ਲੈ ਕੇ ਆਇਆ ਹਾਂ ਬਹੁਤ ਹੀ ਛੇਤੀ ਵਜ਼ਨ ਵਧਾਉਣ ਦਾ ਇੱਕ ਘਰੇਲੂ ਨੁਸਖਾ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਦੇ ਲਈ ਜੋ ਚੀਜ਼ਾਂ ਚਾਹੀਦੀਆਂ ਹਨ ਉਹ ਹੈ ਕਿਸ਼ਮਿਸ਼, ਕੇਲਾ ਅਤੇ ਦੁੱਧ। ਇੱਕ ਪੈਨ ਦੇ ਵਿੱਚ ਇੱਕ ਗਲਾਸ ਦੁੱਧ ਅਤੇ ਇੱਕ ਚਮਚ ਕਿਸ਼ਮਿਸ਼ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲੋ। ਤੁਸੀਂ ਚਾਹੋ ਤਾਂ ਇਸ ਦੇ ਵਿੱਚ ਸਵਾਦ ਦੇ ਲਈ ਚੀਨੀ ਮਿਲਾ ਸਕਦੇ ਹੋ। 10 ਮਿੰਟ ਤੱਕ ਉਬਲਣ ਦੇ ਨਾਲ ਕਿਸ਼ਮਿਸ਼ ਵਾਲਾ ਇਹ ਦੁੱਧ ਪੀਣ ਦੇ ਲਈ ਤਿਆਰ ਹੋ ਜਾਂਦਾ ਹੈ। ਤਾਂ ਦੋਸਤੋ, ਤੁਹਾਨੂੰ ਇਹ ਕਿਸ਼ਮਿਸ਼ ਵਾਲਾ ਦੁੱਧ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਪੀਣਾ ਹੈ ਅਤੇ ਦੁੱਧ ਦੇ ਨਾਲ ਉਬਲੀ ਹੋਈ ਕਿਸ਼ਮਿਸ਼ ਨੂੰ ਵੀ ਤੁਸੀਂ ਦੁੱਧ ਦੇ ਨਾਲ ਹੀ ਖਾਣਾ ਹੈ ਅਤੇ ਕੇਲੇ ਨੂੰ ਤੁਸੀਂ ਦੁੱਧ ਪੀਣ ਤੋਂ 20 ਮਿੰਟ ਬਾਅਦ ਖਾਣਾ ਹੈ। ਤੁਸੀਂ ਦੇਖੋਗੇ ਕਿ ਇਸ ਘਰੇਲੂ ਨੁਸਖੇ ਨੂੰ ਲਗਾਤਾਰ 7 ਦਿਨ ਇਸਤੇਮਾਲ ਕਰਨ ਤੋਂ ਬਾਅਦ ਤੁਹਾਡਾ ਵਜ਼ਨ ਵਧਣਾ ਸ਼ੁਰੂ ਹੋ ਜਾਵੇਗਾ। ਤੁਸੀਂ ਇਹਨੂੰ ਉਦੋਂ ਤੱਕ ਕੰਟੀਨਿਊ ਕਰ ਸਕਦੇ ਹੋ ਕਿ ਜਦੋਂ ਤੱਕ ਤੁਹਾਨੂੰ ਆਪਦਾ ਮਨਚਾਹਾ ਵਜ਼ਨ ਨਹੀਂ ਮਿਲਦਾ। ਵਜ਼ਨ ਨੂੰ ਵਧਾਉਣ ਦੇ ਵਿੱਚ ਕਿਸ਼ਮਿਸ਼ ਅਤੇ ਦੁੱਧ ਨੂੰ ਜਿੰਨਾ ਕਿਹਾ ਜਾਵੇ ਉਨਾ ਹੀ ਘੱਟ ਹੈ, ਕਿਉਂਕਿ ਕਿਸ਼ਮਿਸ਼ ਦੇ ਵਿੱਚ ਫ੍ਰੈਕਟੋਜ਼ ਅਤੇ ਗਲੂਕੋਜ਼ ਪਾਇਆ ਜਾਂਦਾ ਹੈ ਜਿਸ ਦੇ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ, ਅਤੇ ਦੁੱਧ ਆਪਦੇ ਆਪ ਦੇ ਵਿੱਚ ਕੰਪਲੀਟ ਫੂਡ ਤਾਂ ਹੈ ਹੀ। ਦੁੱਧ ਦੇ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨਸ ਚੰਗੀ ਮਾਤਰਾ ਦੇ ਵਿੱਚ ਹੁੰਦੇ ਹਨ, ਇਸ ਲਈ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਵਜ਼ਨ ਨੂੰ ਵਧਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਵਜ਼ਨ ਨੂੰ ਵਧਾਉਣ ਦੇ ਲਈ ਕੁਝ ਖਾਸ ਗੱਲਾਂ ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਤੁਹਾਡਾ ਵਜ਼ਨ ਵੱਧ ਜਾਵੇ ਅਤੇ ਦੁਬਾਰਾ ਉਹ ਘੱਟ ਨਾ ਹੋਵੇ। ਪਾਣੀ ਪੀਣ ਦੇ ਵਿੱਚ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਖਾਣਾ ਖਾਣ ਤੋਂ 1 ਘੰਟੇ ਪਹਿਲਾਂ ਅਤੇ ਬਾਅਦ ਤੱਕ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ। ਇਸ ਦੇ ਨਾਲ ਖਾਣਾ ਠੀਕ ਤਰੀਕੇ ਨਾਲ ਪਚਣ ਲੱਗ ਜਾਂਦਾ ਹੈ ਅਤੇ ਪੂਰੇ ਪੋਸ਼ਕ ਤੱਤ ਸਰੀਰ ਨੂੰ ਮਿਲਣ ਲੱਗ ਜਾਂਦੇ ਹਨ ਅਤੇ ਆਪਣਾ ਵਜ਼ਨ ਵਧਣ ਲੱਗ ਜਾਂਦਾ ਹੈ। ਵਜ਼ਨ ਵਧਾਉਣ ਦੇ ਲਈ ਚੰਗੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ। ਯੋਗ ਵੀ ਵਜ਼ਨ ਨੂੰ ਵਧਾਉਣ ਦੇ ਵਿੱਚ ਕਾਫ਼ੀ ਹੈਲਪ ਕਰਦਾ ਹੈ। ਤਾਂ ਦੋਸਤੋ, ਤੁਸੀਂ ਹੁਣ ਆਪਦੇ ਵਜ਼ਨ ਨੂੰ ਵਧਾਉਣ ਦੇ ਲਈ ਇਸ ਘਰੇਲੂ ਨੁਸਖੇ ਨੂੰ ਜ਼ਰੂਰ ਉਪਯੋਗ ਕਰੋ ਅਤੇ ਜਿੰਨਾ ਤੁਸੀਂ ਵਜ਼ਨ ਚਾਹੁੰਦੇ ਹੋ ਉਹਨਾਂ ਦਾ ਵਜ਼ਨ ਵਧਾ ਲਓ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ, ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।